ਬਿਹਾਰ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਵੀ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਤਿਆਰੀ ਵਿੱਚ ਹੈ। 12 ਫਰਵਰੀ ਨੂੰ ਕਰਨਾਲ ਵਿੱਚ ਰਾਜ ਪੱਧਰ ਤੇ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਸਾਰੇ ਕਾਰਜ ਦੀ ਜ਼ਿੰਮੇਵਾਰੀ ਸਰਕਾਰ ਨੇ ਜਮੁਨਾਨਗਰ ਤੋਂ ਵਿਧਾਇਕ ਤੇ CPS ਬਖਸ਼ੀਸ਼ ਸਿੰਘ ਵਿਰਕ ਨੂੰ ਸੌਂਪੀ ਹੈ। CPS ਵਿਰਕ ਵੱਲੋਂ ਪ੍ਰਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਜਾ ਕੇ ਸੰਗਤ ਨੂੰ ਨਿਯੋਤਾ ਦਿੱਤਾ ਜਾ ਰਿਹਾ ਹੈ। ਜਮੁਨਾਨਗਰ ਵਿੱਚ ਵਿਰਕ ਨੇ ਸਮੁੱਚੇ ਪੰਚਾਂ, ਸਰਪੰਚਾਂ ਅਤੇ ਪ੍ਰਧਾਨਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਵਿਰਕ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਮਾਗਮ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਨੂੰ ਸਰਕਾਰੀ ਖਰਚੇ ਤੇ ਬੱਸਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਸਮੂਹ ਸੰਗਤਾਂ ਕੇਸਰੀ ਪੱਗਾਂ ਸਜਾ ਕੇ ਸਮਾਗਮ ਵਿੱਚ ਪਹੁੰਚਣ। ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੇ ਦਿਹਾੜੇ 'ਤੇ ਅੱਜ ਮੈਂ ਸਾਰੇ ਇੱਥੋਂ ਦੇ ਜਿੰਨੇ ਵੀ ਸਮਾਜਿਕ ਸੰਗਠਨ ਸਨ, ਜਿੰਨੇ ਵੀ ਰਾਜਨੀਤਿਕ ਆਗੂ ਸਨ, ਜਿੰਨੇ ਵੀ ਸਾਡੇ ਕਾਫੀ ਸਰਪੰਚ ਸਾਥੀ ਵੀ ਆਏ ਹੋਏ ਸਨ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਧਾਨ ਵੀ ਆਏ ਹੋਏ ਸਨ, ਮੈਂ ਸਭ ਅੱਗੇ ਇਹੀ ਬੇਨਤੀ ਕਰਨ ਵਾਸਤੇ ਆਇਆ ਸੀ ਕਿ ਅਸੀਂ ਹਰਿਆਣੇ ਵਿੱਚ ਇਹ ਜਿਹੜਾ ਚੜ੍ਹਦੀ ਕਲਾ ਸਮਾਗਮ ਅਸੀਂ ਰਾਸ਼ਟਰੀ ਸਟੇਟ ਲੈਵਲ 'ਤੇ ਮਨਾ ਰਹੇ ਹਾਂ, ਇਹਦੇ ਵਿੱਚ ਸਭ ਵੱਧ ਚੜ੍ਹ ਕੇ ਹਿੱਸਾ ਲਓ ਅਤੇ ਅਸੀਂ ਇਸ ਨੂੰ ਕਾਰਜਕ੍ਰਮ ਨੂੰ ਬੜੇ ਹੀ ਉੱਚੇ ਸਤਰ 'ਤੇ ਮਨਾ ਕੇ ਜਿਹਦਾ ਕਿ ਸੰਦੇਸ਼ ਹਰਿਆਣੇ ਦੀ 2.5 ਕਰੋੜ ਜਨਤਾ ਦੇ ਵਿੱਚ ਜਾਏ। ਇਹ ਸੰਗਤ ਸਾਰੀ ਆਪਣੇ ਬੱਸਾਂ ਪ੍ਰਾਈਵੇਟ ਬੱਸਾਂ 'ਤੇ ਆਉਣਗੇ, ਆਪਣੇ ਸਕੂਲ ਦੀਆਂ ਬੱਸਾਂ ਉਹਨਾਂ ਨੇ ਅਰੇਂਜਮੈਂਟ ਕਰ ਲਿਆ ਹੈ ਅਤੇ ਆਪਣੇ ਸਾਧਨਾਂ 'ਤੇ ਆਉਣਗੇ, ਲੇਕਿਨ ਸਾਡੇ ਕਰਨਾਲ ਵਿੱਚ ਸਾਡੇ ਮਹਾਂਪੁਰਸ਼ਾਂ ਨੇ ਜਿੰਨੇ ਵੀ ਡੇਰੇ ਕਾਰ ਸੇਵਾ ਦੇ ਜਿਹੜੇ ਬਾਬਾ ਜੀ ਨੇ, ਉਹਨਾਂ ਨੇ ਮਹੰਤ ਮਹਾਂਪੁਰਸ਼ ਨੇ, ਉਹਨਾਂ ਨੇ ਲੰਗਰ ਦੀ ਸੇਵਾ ਆਪਣੇ ਆਪ ਲੈ ਕੇ ਉੱਥੇ ਸਭ ਦੀ ਸੇਵਾ ਕਰਨਗੇ, ਉਹਦੇ 'ਚ ਬੜੇ ਉੱਚੇ ਸਤਰ 'ਤੇ ਲੰਗਰ ਦੀ ਸੇਵਾ ਕਰ ਰਹੇ ਨੇ। ਜਮੁਨਾਨਗਰ ਤੋਂ ਲੋਕੇਸ਼ ਕੁਮਾਰ, ਖਬਰ ਹਰਪਲ ਇੰਡੀਆ ਲਈ।